ਦੋ ਦੁਕਾਨਦਾਰਾਂ ਦੇ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ ਤੇ ਇਹ ਗੁੰਡਾਗਰਦੀ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਇਹ ਗੁੰਡਾਗਰਦੀ ਦੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਦੋਂ ਗਾਹਕਾਂ ਨੂੰ ਲੈ ਕੇ ਦੁਕਾਨਦਾਰਾਂ ਦਾ ਵਿਵਾਦ ਹਿੰਸਕ ਹੋ ਜਾਂਦਾ ਹੈ। ਦੱਸਣਾ ਬਣਦਾ ਹੈ ਕਿ ਇਸ ਝਗੜੇ 'ਚ ਕੱਪੜਾ ਵਪਾਰੀ ਹਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਤੇ ਦੂਜੇ ਕੱਪੜਾ ਵਪਾਰੀ ਦੇ ਸ਼ੋਅਰੂਮ ਦੇ ਸ਼ੀਸ਼ੇ ਵੀ ਟੁੱਟ ਗਏ। ਬਾਜ਼ਾਰ 'ਚ ਸਨਸਨੀ ਫੈਲ ਗਈ ਜਦੋਂ ਹੰਗਾਮੇ ਤੋਂ ਬਾਅਦ ਕੁੱਟਮਾਰ ਵੀ ਸ਼ੁਰੂ ਹੋਈ। ਸੀਸੀਟੀਵੀ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋ ਦੁਕਾਨਦਾਰਾਂ ਦੇ ਵਿੱਚ ਪਹਿਲਾਂ ਬਹਿਸਬਾਜ਼ੀ ਸ਼ੁਰੂ ਹੁੰਦੀ ਹੈ, ਫਿਰ ਦੇਖਦੇ ਹੀ ਦੇਖਦੇ ਲੜਾਈ ਸ਼ੁਰੂ ਹੋ ਜਾਂਦੀ ਹੈ ਤੇ ਇਹ ਲੜਾਈ ਕਾਫ਼ੀ ਹਿੰਸਕ ਹੋ ਜਾਂਦੀ ਹੈ। ਫਿਲਹਾਲ ਤੁਸੀਂ ਖੁਦ ਹੀ ਸੁਣੋ ਕਿ ਹਮਲਾਵਰਾਂ ਨੇ ਕਿਸ ਤਰ੍ਹਾਂ ਉਸ ਦੁਕਾਨਦਾਰ ਤੇ ਹਮਲਾ ਕੀਤਾ ਸੀ। ਜਿਹੜਾ ਪਹਿਲੇ ਤੋਂ ਰੱਖਿਆ ਗਿਆ ਹੋਇਆ ਸੀਗਾ ਜਿਹਦੇ ਨਾਲ ਸਾਡੇ ਤੇ ਹਮਲਾ ਕਰਨਾ ਸੀ ਇਹਨਾਂ ਨੇ, ਆ ਥੋੜਾ ਚੈੱਕ ਕਰੋ, ਇਹ ਹੁਣੇ ਥੋੜਾ ਕੋਈ ਚੁੱਕੇਗਾ ਵੀ। ਇਹ ਆ ਅਸੀਂ ਬੈਠੇ ਹਾਂ ਦੁਕਾਨ 'ਤੇ, ਆਹ ਮੈਂ ਬੈਠਾ ਵਾਂ, ਮੈਂ ਬਿੱਲ ਬਣਾ ਰਿਹਾ ਵਾਂ, ਆਹ ਮੇਰੇ ਹੱਥ ਬਿੱਲ ਫੜੇ ਹੋਏ ਨੇ, ਆਹ ਮੈਂ ਆਪਣਾ ਕੰਮ ਕਰ ਰਿਹਾ, ਆਹ ਸੰਨੀ ਬੈਠਾ, ਇਹ ਉਹਦੇ ਹੱਥ 'ਚ ਪੈੱਨ ਫੜਿਆ ਹੋਇਆ ਬਿੱਲ ਬਣਾਉਣ ਵਾਸਤੇ ਜਾਂ ਕੁਝ ਨੋਟ ਕਰਨ ਵਾਸਤੇ, ਆਹ ਬੋਬੀ ਬੈਠਾ ਜਿਹੜਾ ਮਾਲ ਦੀ ਪੈਕਿੰਗ ਕਰ ਰਿਹਾ, ਅਸੀਂ ਆਪਣੀ ਦੁਕਾਨ 'ਤੇ ਕੰਮ ਕਰ ਰਹੇ ਹਾਂ। ਆਹ ਤੁਸੀਂ ਨੋਟਿਸ ਕਰ ਰਹੇ ਹੋ, ਆਹ ਥੋੜਾ ਪਿਆ, ਹੁਣ ਇਹ ਥੋੜੇ ਨੂੰ ਕੋਈ ਆਏਗਾ ਉਹ ਚੱਕ ਕੇ ਲੈ ਜਾਏਗਾ, ਸੋਨੂ ਦਾ ਕੋਈ ਕਰਿੰਦਾ ਆਏਗਾ ਉਹ ਚੱਕ ਕੇ ਲੈ ਜਾਏਗਾ, ਜਿਹਦੇ ਨਾਲ ਸਾਡੇ 'ਤੇ ਹਮਲਾ ਕੀਤਾ ਜਾਏਗਾ। ਆਹ ਦੇਖੋ ਜੀ, ਇਹ ਆਹ ਕਿਸੇ ਦੇ ਪੈਰਾਂ ਦੇ ਨਿਸ਼ਾਨ ਨੇ, ਆਹ ਥੋੜਾ ਚੱਕਿਆ ਗਿਆ, ਇਹ ਉਹ ਥੋੜਾ ਇੱਥੇ ਜਿਹੜਾ ਰੱਖਿਆ ਹੋਇਆ ਸੀ ਇਹਨਾਂ ਨੇ ਸੋਨੂ ਦੇ ਕਰਿੰਦਿਆਂ ਨੇ ਜਾਂ ਸੋਨੂ ਨੇ ਰਖਵਾਇਆ ਸੀਗਾ, ਇਹ ਉਸ ਤੋਂ ਬਾਅਦ ਥੋੜਾ ਚੱਕ ਕੇ ਲੈ ਗਏ ਆ ਹੁਣ, ਜਿਹਦੇ ਨਾਲ ਇਹਨਾਂ ਨੇ ਸਾਡੇ 'ਤੇ ਹਮਲਾ ਕਰਨਾ। ਆਹ ਮੇਰੀ ਦੁਕਾਨ ਹੈ, ਆਹ ਮੈਂ ਬੈਠਾ ਹੋਇਆ ਰੈੱਡ ਟੀ ਸ਼ਰਟ ਪਾਈ ਹੋਈ, ਆਹ ਸੰਨੀ ਬੈਠਾ ਉਹ ਕੋਡ ਨੰਬਰ ਬਣਾ ਰਿਹਾ ਸਟਿੱਕਰਾਂ 'ਤੇ, ਆਹ ਦੋਨੋਂ ਮੁੰਡੇ ਪੈਕਿੰਗ ਕਰ ਰਹੇ ਆ ਔਰ ਆਪਣਾ ਕੰਮ ਕਰ ਰਹੇ ਆ। ਇਹ ਦੇਖੋ, ਇਹ ਅਸੀਂ ਕੋਈ ਲੜਾਈ ਕਰਨ ਲਈ ਨਹੀਂ ਬੈਠੇ ਹੋਏ, ਕੰਮ ਕਰ ਰਹੇ ਸੀ ਅਸੀਂ। ਹੁਣ ਇਸ ਜਗ੍ਹਾ 'ਤੇ ਇਹਨਾਂ ਦੀ ਦੁਕਾਨ ਦਾ ਮੁੰਡਾ ਆਏਗਾ, ਆਹ ਦੇਖੋ ਇਹ ਮੁੰਡਾ ਆਇਆ, ਇਹਨੇ ਅੰਦਰ ਦੇਖ ਰਿਹਾ, ਪਹਿਲੇ ਸਾਨੂੰ ਵਾਚ ਕਰ ਰਿਹਾ ਕਿ ਅਸੀਂ ਕਿੰਨੇ ਜਣੇ ਬੈਠੇ ਹਾਂ ਦੁਕਾਨ ਦੇ ਅੰਦਰ, ਇਹਨੇ ਦੇਖਿਆ ਅਸੀਂ 3-4 ਜਣੇ ਹੈਗੇ ਹਾਂ, ਇਹ ਵਾਪਸ ਚਲਾ ਗਿਆ, ਹੁਣ ਇੱਥੋਂ ਵਾਪਸ ਗਿਆ, ਹੁਣ ਇਹ ਆਪਣੀ ਦੁਕਾਨ ਵੱਲੋਂ ਆਊਗਾ, ਆਹ ਦੇਖੋ ਆ ਗਿਆ, ਇਹ ਹੁਣ ਇਹ ਆ ਗਿਆ ਸਿੱਧਾ ਮੇਰੇ ਅੰਦਰ, ਅਤੇ ਇਹਨੇ ਅੰਦਰ ਆ ਕੇ ਬਦਤਮੀਜ਼ੀ ਨਾਲ ਬੋਲਣਾ ਸ਼ੁਰੂ ਕੀਤਾ, ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਕਿ ਬਾਹਰ ਆਓ, ਇਹਨੇ ਸਾਨੂੰ ਬਾਹਰ ਬੁਲਾਉਣਾ, ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ, ਇਹ ਸੋਨੂ ਦੀ ਦੁਕਾਨ ਦਾ ਦੂਜਾ ਮੁੰਡਾ ਆ ਗਿਆ, ਸੈਬ ਟੈਕਸਟਾਈਲ ਵਾਲਿਆਂ ਦਾ ਦੂਜਾ ਮੁੰਡਾ ਆ ਗਿਆ, ਇਹ ਦੋਵੇਂ ਮੁੰਡੇ ਸਾਡੇ ਨਾਲ ਲੜਨ ਲਈ ਅੰਦਰ ਆ ਗਏ ਆ, ਇਹ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਨਾਲ। ਆ ਹੁਣ ਜਿੱਦਾਂ ਜਦੋਂ ਇਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ, ਬਾਕੀ ਵੀ ਅਸੀਂ ਸਾਰੇ ਉੱਠ ਪਏ ਹਾਂ ਕਿ ਵੀ ਤੁਸੀਂ ਅੰਦਰ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ, ਬਦਤਮੀਜ਼ੀ ਕਿਉਂ ਸ਼ੁਰੂ ਕਰ ਰਹੇ ਹੋ, ਤੂੰ ਆਪਣੇ ਮਾਲਕ ਨੂੰ ਬੁਲਾ, ਸੋਨੂ ਨੂੰ ਬੁਲਾ, ਆਪਾਂ ਜਿਹੜੀ ਗੱਲ ਕਰਾਂਗੇ ਸੋਨੂ ਨਾਲ ਕਰਾਂਗੇ ਕਿ ਵੀ ਤੁਸੀਂ ਕੀ ਕਰਨ ਆਏ ਹੋ ਅੰਦਰ, ਆਹ ਦੇਖੋ ਮੈਂ ਉਹਨੂੰ ਕਹਿ ਰਿਹਾ ਕਿ ਸੋਨੂ ਨੂੰ ਬੁਲਾ, ਮੇਰੇ ਹੱਥ ਦਾ ਇਸ਼ਾਰਾ ਵੀ ਚੈੱਕ ਕਰੋ, ਆਹ ਦੇਖੋ ਮੈਂ ਉਹਨੂੰ ਕਹਿ ਰਿਹਾ ਸੋਨੂ, ਆਹ ਸੋਨੂ ਆ ਗਿਆ, ਠੀਕ ਹੈ ਜੀ, ਆ ਸੋਨੂ ਨੇ ਆਉਂਦਿਆਂ ਬੋਲਣਾ ਸ਼ੁਰੂ ਕੀਤਾ, ਹੁਣ ਆਹ ਦੇਖਿਓ ਆਹ ਜਿਹੜਾ ਗ੍ਰੇ ਕਲਰ ਦੀ ਟੀ ਸ਼ਰਟ ਪਾ ਕੇ ਮੁੰਡਾ ਖੜਾ, ਇਹ ਸਾਡੇ ਨਾਲ ਪੂਰੀ ਹੱਥੋਂ ਪਾਈ ਕਰੇਗਾ, ਜ਼ੋਰ ਜਮਾਇਸ਼ ਕਰੇਗਾ, ਸੰਨੀ ਜਿਹੜਾ ਕਾਲੀ ਟੀ ਸ਼ਰਟ ਪਾ ਕੇ ਖੜਾ, ਇਹਨੂੰ ਬਾਹਰ ਖਿੱਚਣ, ਦੁਕਾਨ ਤੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕਰੇਗਾ ਕਿ ਥੱਲੇ ਦੁਕਾਨ ਤੋਂ ਥੱਲੇ ਉਤਰੋ, ਤੁਹਾਡੇ ਨਾਲ ਆਪਾਂ ਲੜਨਾ, ਆਹ ਤੁਸੀਂ ਚੈੱਕ ਕਰਿਓ ਇਹਨਾਂ ਨੂੰ, ਆਹ ਦੇਖੋ ਆਹ ਹੱਥ ਪੈਣਾ ਸ਼ੁਰੂ ਹੋ ਗਿਆ, ਆਹ ਦੇਖੋ ਆਹ ਸੋਨੂ ਦਾ ਬੇਟਾ ਵੀ ਆ ਗਿਆ, ਆਹ ਸੋਨੂ ਦਾ ਬੇਟਾ ਵੀ ਆ ਗਿਆ, ਆਹ ਜਿਹੜਾ ਇਹ ਆਹ ਸੋਨੂ ਦਾ ਬੇਟਾ ਵੀ ਆ ਗਿਆ ਲੜਨ ਲਈ,
ਆਹ ਦੇਖੋ ਇਹ ਸਾਡੇ ਨਾਲ ਜ਼ਬਰਦਸਤੀ, ਆਹ ਦੇਖੋ ਕਾਲੀ ਟੀ ਸ਼ਰਟ ਵਾਲਾ ਮੁੰਡਾ ਵੀ ਇਹਨਾਂ ਦੀ ਦੁਕਾਨ 'ਤੇ ਕੰਮ ਕਰ ਰਿਹਾ, ਇਹ ਵੀ ਲੜਨ ਲਈ ਆ ਗਿਆ। ਦੇਖੋ ਇਹਨੇ ਆਉਂਦਿਆਂ ਪਹਿਲੇ ਹੱਥ ਹੀ ਚੱਕਿਆ। ਆਹ ਦੇਖੋ, ਆਹ ਦੇਖੋ ਜ਼ੋਰ ਜਮਾਇਸ਼, ਆਹ ਬਦਮਾਸ਼ੀ, ਆਹ ਸੀ ਜੀ ਬਦਮਾਸ਼ੀ, ਆਹ ਦੇਖੋ ਗੁੰਡੇ ਪਾਲੇ, ਆਹ ਗੁੰਡਿਆਂ ਦੀ ਬਦਮਾਸ਼ੀ ਸੀ। ਆਹ ਦੇਖੋ ਇਹ ਸੰਨੀ ਨੂੰ ਖਿੱਚ ਰਿਹਾ, ਸੰਨੀ ਨੇ ਇਹਦਾ ਹੱਥ ਫੜਿਆ ਹੋਇਆ, ਇਹਨੇ ਸੰਨੀ ਦਾ ਹੱਥ ਫੜਿਆ ਹੋਇਆ, ਸੰਨੀ ਰੋਕਦਾ ਪਿਆ ਇਹਨਾਂ ਨੂੰ, ਅਸੀਂ ਵੀ ਰੋਕਦੇ ਪਏ ਹਾਂ। ਆਹ ਮੁੰਡਾ ਕਾਲੀ ਟੀ ਸ਼ਰਟ ਵਾਲਾ ਦੇਖੋ, ਆਹ ਥੱਲੇ ਜਿਹੜਾ ਖੜਾ, ਇਹਨੇ ਆਉਂਦਿਆਂ ਪਹਿਲੇ ਹੱਥ ਚੱਕਿਆ। ਆਹ ਹੁਣ ਸਾਡੀ ਬਹਿਸ ਹੋ, ਆਹ ਦੇਖੋ, ਆਹ ਦੇਖੋ, ਆਹ ਦੇਖੋ, ਆਹ ਥੱਲੇ ਉਤਰਦਾ ਪਿਆ, ਨਾਲ ਸੰਨੀ ਨੂੰ ਖਿੱਚਦਾ ਪਿਆ। ਆਹ ਗ੍ਰੇ ਟੀ ਸ਼ਰਟ ਵਾਲਾ ਮੁੰਡਾ ਜਿਹੜਾ ਬਦਮਾਸ਼, ਇਹ ਸੰਨੀ ਨੂੰ ਥੱਲੇ ਖਿੱਚਦਾ ਪਿਆ ਸੜਕ ਦੇ ਉੱਤੇ ਲੜਨ ਵਾਸਤੇ। ਚੈੱਕ ਕਰੋ, ਆਹ ਦੇਖੋ ਇਹ ਹੈਪੀ ਖੜਾ, ਸੋਨੂ ਦਾ ਭਰਾ ਛੋਟਾ, ਇਹ ਇਸ਼ਾਰੇ ਵੀ ਕਰ ਰਿਹਾ ਕਿ ਇਹਨਾਂ ਨੂੰ ਫੜੋ, ਇਹਨਾਂ ਨੂੰ ਬਾਹਰ ਕੱਢੋ। ਉਸ ਟਾਈਮ ਇਹ ਬੋਲ ਰਿਹਾ ਸੀਗਾ, ਇਹ ਇਹਨਾਂ ਨੇ ਗੁੰਡੇ ਪਾਲੇ ਦੇਣੇ, ਇਹ ਇਹਨਾਂ ਨੂੰ ਕਹਿ ਰਿਹਾ ਸੀ। ਆਹ ਸ਼ਿਵ ਸਿੰਘ ਭਾਜੀ ਹੈਗੇ ਜਿਨ੍ਹਾਂ ਦੀ ਅੰਦਰ ਮਾਰਕੀਟ 'ਚ ਦੁਕਾਨ ਹੈ, ਇਹ ਉਹਨਾਂ ਨੂੰ ਸਮਝਾ ਰਹੇ ਸੀ, ਬੇਟਾ ਲੜਨ ਦਾ ਕੋਈ ਫਾਇਦਾ ਨਹੀਂ, ਕਿਉਂ ਲੜ ਰਹੇ ਹੋ ਤੁਸੀਂ। ਆਹ ਸ਼ਿਵ ਭਾਜੀ ਅਤੇ ਇਹਨਾਂ ਦੇ ਬੇਟੇ ਸਿਰਫ ਇਹਨਾਂ ਨੂੰ ਸਮਝਾਉਣ ਲਈ ਸਮਝਾਉਂਦੇ ਪਏ ਸੀ ਕਿ ਵੀ ਨਾ ਲੜਿਓ, ਔਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਆਹ ਦੇਖੋ ਇਹ ਆਪਣੀ ਦੁਕਾਨ ਤੋਂ ਉੱਠ ਕੇ ਸਪੈਸ਼ਲ ਸਾਡੇ ਨਾਲ ਆਰਾਮ ਨਾਲ ਅਸੀਂ ਬੈਠੇ ਹਾਂ, ਸਾਡੇ ਨਾਲ ਲੜਨ ਲਈ ਆਏ। ਆਹ ਦੇਖੋ ਆਹ ਸਾਰੇ ਜ਼ੋਰ ਜਮਾਇਸ਼ ਕਰਨਗੇ, ਸਾਨੂੰ ਬਾਹਰ ਬੁਲਾਉਣ ਦੀ ਕੋਸ਼ਿਸ਼ ਕਰਨਗੇ ਵੀ ਸੜਕ 'ਤੇ ਆਓ, ਸਾਡੀ ਦੁਕਾਨ ਦੇ ਅੰਦਰ ਨਹੀਂ ਲੜਨ ਆਉਣਗੇ, ਇਹ ਬਾਹਰ ਸਾਨੂੰ ਖਿੱਚਣਗੇ। ਆਹ ਦੇਖੋ ਇੱਥੇ ਮੈਂ ਸੋਨੂੰ ਨੂੰ ਇਹੀ ਕਹਿ ਰਿਹਾ ਵੀ ਇੱਦਾਂ ਮੁੰਡੇ ਭੇਜਣ ਦਾ ਕੋਈ ਮਤਲਬ ਨਹੀਂ ਗਾ, ਅਸੀਂ ਦੁਕਾਨਦਾਰ ਬੰਦੇ ਹਾਂ। ਇਹ ਆਏ ਲੜਨ ਸੀ ਕਿਉਂਕਿ ਮੈਂ ਸੋਨੂੰ ਨੂੰ ਇਹ ਗੱਲ ਕਹਿ ਰਿਹਾ ਸੀ ਕਿ ਸੋਨੂੰ ਆ ਗਵਾਂਢ ਹੈਗੇ ਹਾਂ ਆਪਾਂ, ਸ਼ੁਰੂ ਤੋਂ ਬੜੇ ਭਾਈਚਾਰੇ ਨਾਲ ਰਹੇ ਹਾਂ, ਲੜਨ ਦਾ ਕੋਈ ਮਤਲਬ ਨਹੀਂ। ਆਹ ਦੇਖੋ ਆਹ ਸੰਨੀ ਹੈਗਾ ਮੁੰਡਾ ਜਿਹੜਾ ਸਾਈਦਾ ਗਿਰ ਜੀ ਦੀ ਦੁਕਾਨ ਹੈ, ਇਹ ਵਿੱਚ ਆ ਕੇ ਸਾਨੂੰ ਕਹਿ ਰਿਹਾ ਕਿ ਯਾਰ ਆਪਾਂ ਗਵਾਂਢੀ ਹੈਗੇ ਹਾਂ, ਲੇਕਿਨ ਇਹਨਾਂ ਨੇ ਇਹਦੀ ਵੀ ਨਹੀਂ ਸੁਣਨੀ। ਆ ਦੇਖੋ ਇਹਨੂੰ ਵੀ ਧੱਕਾ ਧੱਕੇ ਦੇਣਗੇ ਜਾਂ ਇਹਨੂੰ ਵੀ ਪਿੱਛੇ ਖਿੱਚਣਗੇ। ਆਹ ਦੇਖੋ, ਆਹ ਦੇਖੋ ਇਹ ਸੋਨੂੰ ਦਾ ਬੇਟਾ, ਇਹਨੇ ਇਹਨੂੰ ਧੱਕਾ ਦੇ ਕੇ ਥੱਲੇ ਕੀਤਾ ਅਤੇ ਆਪ ਆਹ ਦੇਖੋ ਮੇਰੇ ਨਾਲ ਅੱਗੇ ਬਿਲਕੁਲ ਮੇਰੇ ਨਾਲ ਬਹਿਸ ਕਰਨ ਲਈ। ਇਹ ਸੋਨੂੰ ਦਾ ਬੇਟਾ ਹੈ, ਇਹਦਾ ਕੋਈ ਮਤਲਬ ਨਹੀਂ ਹੈਗਾ ਮੇਰੇ ਨਾਲ ਬਹਿਸ ਕਰਨ ਦਾ, ਜੇਕਰ ਤੇਰਾ ਪਿਓ ਮੇਰੇ ਨਾਲ ਗੱਲ ਕਰ ਰਿਹਾ, ਇਹਦਾ ਕੋਈ ਮਤਲਬ ਨਹੀਂ ਤੂੰ ਵਿੱਚ ਆ ਕੇ ਗਰਮਾ ਗਰਮੀ ਕਰੇ, ਇਹ ਪੂਰੀ ਗਰਮਾ ਗਰਮੀ ਕਰ ਰਿਹਾ। ਆਹ ਦੇਖੋ ਇਹ ਪੂਰੀ ਗਰਮਾ ਗਰਮੀ ਕਰਨ ਲਈ ਆਇਆ, ਆਹ ਇਹਦਾ ਪਿਓ ਖੜਾ, ਉਹਨੂੰ ਰੋਕ ਨਹੀਂ ਰਿਹਾ ਆਪਣੇ ਬੇਟੇ ਨੂੰ। ਆਹ ਹੁਣ ਇਹ ਹੈਪੀ ਹੈ, ਚਾਚਾ ਉਹਦਾ, ਇਹ ਚਾਚਾ ਹੈ, ਆਹ ਬਾਪੂ ਹੈ ਅਤੇ ਇਹ ਆਪ ਮੁੰਡਾ। ਆਹ ਦੇਖੋ ਆਹ ਪੂਰੀ ਆਹ ਥੱਲੇ ਖੜੇ ਹੋ ਕੇ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ। ਆਹ ਵਿੱਚ ਮਾਰਕੀਟ ਵਾਲੇ, ਆਹ ਮਾਰਕੀਟ ਵਾਲੇ ਵਿਜੇ ਭਾਅ ਜੀ ਆ ਗਏ ਕਿ ਛੱਡੋ, ਆਹ ਸਾਰੇ ਮੁੰਡੇ ਮੁੜੀਰ ਇਹਨਾਂ ਦੀ ਦੁਕਾਨ ਦੀ ਆ, ਆਹ ਸਾਰੇ ਮੁੰਡੇ ਇਹਨਾਂ ਦੀ ਦੁਕਾਨ 'ਤੇ ਕੰਮ ਕਰਦੇ ਨੇ, ਜਿਨ੍ਹਾਂ ਨੇ ਬਾਅਦ ਦੇ ਵਿੱਚ ਇੱਟਾਂ ਪੱਥਰ ਮਾਰੇ, ਜਿਨ੍ਹਾਂ ਨੇ ਬਾਅਦ ਦੇ ਵਿੱਚ ਭੰਨ ਤੋੜ ਕੀਤੀ, ਆਹ ਸਾਰੇ ਮੁੰਡੇ ਇਹਨਾਂ ਦੀ ਦੁਕਾਨ 'ਤੇ ਕੰਮ ਕਰਦੇ ਆ। ਬੇਸ਼ੱਕ ਇਹਨਾਂ ਸਾਰਿਆਂ ਨੂੰ ਬੁਲਾ ਕੇ ਇਹਨਾਂ ਦੀ ਇਕੱਲੇ ਇਕੱਲੇ ਦੀ ਪੁੱਛਗਿੱਛ ਹੋਵੇ, ਇਹ ਸਾਰੇ ਲੜਨ ਲਈ ਹੀ ਆਏ ਹੋਏ ਸੀ, ਸਿਰਫ ਇਹ ਉਹ ਇਸ ਸੀਗੇ ਮੂਡ ਵਿੱਚ ਕਿ ਕਦੋਂ ਸਾਡੀ ਹੱਥੋਂ ਪਾਈ ਸ਼ੁਰੂ ਹੋਵੇ ਅਤੇ ਕਦੋਂ ਇਹ ਸਾਨੂੰ ਟੁੱਟ ਪੈਣ, ਸਾਡੇ ਉੱਤੇ ਹਮਲਾ ਕਰ ਦੇਣ। ਇਸ ਕਰਕੇ ਆਹ ਦੇਖੋ ਸਾਰੇ ਪਿੱਛੇ ਆ ਜਿਹੜੇ ਆ ਮੁੰਡੇ ਖੜੇ ਨੇ, ਆ ਸਾਰੇ ਸੋਨੂੰ ਦੀ ਦੁਕਾਨ ਦੇ ਮੁੰਡੇ ਨੇ, ਸਾਹਿਬ ਟੈਕਸਟਾਈਲ ਦੀ ਦੁਕਾਨ ਦੇ ਮੁੰਡੇ ਨੇ ਆ ਵਾਲੇ, ਅਤੇ ਆਹ ਤਿੰਨ ਜਣੇ ਆਪ ਘਰ ਦੇ ਮੈਂਬਰ ਤਾਂ ਹੈਗੇ ਹੀ ਹੈਗੇ ਨੇ। ਆਹ ਦੇਖੋ ਆਹ ਮੇਰੇ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰਤੀ ਇਹਨਾਂ ਨੇ, ਆਹ ਦੇਖੋ ਆਹ ਸੰਨੀ ਨੇ, ਆਹ ਸਾਰਿਆਂ ਨੇ ਸਾਡੇ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰਤੀ, ਆਹ ਸ਼ਿਵ ਭਾਜੀ ਵਿੱਚ ਬਚ ਬਚਾਅ ਕਰ ਰਹੇ ਨੇ, ਆਹ ਇਹਨਾਂ ਨੇ ਪੂਰੀ ਬਦਮਾਸ਼ੀ